ਕਿਵੇਂ ਲੱਗੀ ਤੁਹਾਨੂੰ ਫਿਲਮ ਬਹੁਤ ਸੋਹਣੀ ਸਰ ਬਹੁਤ ਅਗੇਨ ਔਨ ਡਿਫਰੈਂਟ ਹੈ ਗ੍ਰੇਟ ਸਟੈਪ ਅਪ ਫਰਮ ਅਦਰ ਪੰਜਾਬੀ ਮੂਵੀਜ਼ ਇਟਸ ਅ ਗੁੱਡ ਮੂਵੀ ਥੈਂਕ ਯੂ ਫਾਰ ਯੋਰ ਵਰਕ ਸੋ ਵੈਲਕਮ ਜੀ ਕਿਵੇਂ ਲੱਗੀ ਫਿਲਮ ਤੁਹਾਨੂੰ ਬਹੁਤ ਵਧੀਆ ਫਿਲਮ ਸੀ ਭਾਈ ਬੜੀ ਵਧੀਆ ਅਮੀਕ ਵੀਰ ਨੇ ਐਕਟਿੰਗ ਕੀਤੀ ਤੇ ਇੱਕ ਡਾਕਟਰ ਦਾ ਤੇ ਉਹਦੇ ਫਾਦਰ ਦਾ ਜਿਹੜਾ ਬੌਂਡ ਹੈ ਇਸ ਮੂਵੀ ਦੇ ਵਿੱਚ ਬੜਾ ਚੰਗੇ ਤਰੀਕੇ ਨਾਲ ਦਿਖਾਇਆ ਹੋਇਆ ਹੈ ਫੈਮਿਲੀ ਨਾਲ ਦੇਖਣ ਵਾਲੀ ਮੂਵੀ ਹੈ ਬਹੁਤ ਵਧੀਆ ਐਕਸ਼ਨ ਹੈ ਮੈਂ ਸਾਰਿਆਂ ਨੂੰ ਇਹੀ ਰਿਕਮੈਂਡ ਕਰਦਾ ਇੱਕ ਵਾਰੀ ਜ਼ਰੂਰ ਦੇਖੋ ਬਾਈ ਦੀ ਪਹਿਲੀ ਡੈਬਿਊ ਮੂਵੀ ਹੈ ਬੜਾ ਮਿਹਨਤ ਕੀਤੀ ਬੜਾ ਹਾਰਡ ਵਰਕ ਕੀਤਾ ਬਹੁਤ ਟੌਪ ਕਲਾਸ ਮੂਵੀ ਬਹੁਤ ਜ਼ਿਆਦਾ ਬਹੁਤ ਥੈਂਕ ਯੂ ਫਾਰ ਯੋਰ ਵਰਕ ਕਿਵੇਂ ਲੱਗੀ ਫਿਲਮ ਬਹੁਤ ਸੋਹਣੀ ਜੀ ਬਹੁਤ ਟਾਈਮ ਬਾਅਦ ਮਿਲਣ ਦਾ ਇੱਕ ਬਹੁਤ ਸੋਹਣਾ ਕਨੇਡਾ ਆਇਆ ਅਤੇ ਐਕਸ਼ਨ ਭਰਪੂਰ ਇੰਟਰਟੇਨਮੈਂਟ ਭਰਪੂਰ ਕਹਾਣੀ ਬਹੁਤ ਸੋਹਣੀ ਗੁੰਦੀ ਹੋਈ ਸੀ ਬਹੁਤ ਅੱਛਾ ਲੱਗਾ ਅਤੇ ਅਮੀਕ ਵਗੈਰਾ ਨੇ ਡੈਬਿਊ ਕੀਤਾ ਇਸ ਦੇ ਨਾਲ ਉਹਨਾਂ ਦੀ ਐਕਟਿੰਗ ਤੋਂ ਜਾਂਦਾ ਸਕਿੱਲ ਤੋਂ ਜਾਂਦਾ ਐਕਸ਼ਨ ਤੋਂ ਲੱਗਦਾ ਨਹੀਂ ਵੀ ਉਹਨਾਂ ਨੇ ਡੈਬਿਊ ਕੀਤਾ ਬਟ ਬਹੁਤ ਸੋਹਣਾ ਬਹੁਤ ਖੂਬਸੂਰਤ ਮੈਂ ਕਹਿੰਦਾ ਨਜ਼ਾਰਾ ਆ ਗਿਆ ਮਾਰੀ ਇੰਡਸਟਰੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਇੱਕ ਨਵਾਂ ਐਕਸ਼ਨ ਹੀਰੋ ਮਿਲ ਗਿਆ ਸੋ ਮੈਨੂੰ ਨਾ ਬਹੁਤ ਦੇਰ 'ਤੇ ਮੇਰੀ ਚਾਹਨਾ ਸੀ ਵੀ ਬਾਈ ਜਦ ਬੰਬੂ ਕਾਰਡ 'ਤੇ ਇਹਨਾਂ ਨੇ ਪੈਸਾ ਲਾਇਆ ਹੈ ਨਾ ਪ੍ਰੋਡਿਊਸ ਕੀਤੀ ਅਤੇ ਯਾਰ ਬਾਈ ਦੀ ਵੀ ਲੁੱਕ ਹੈ ਵੀ ਹਾਈਟ ਹੂਇਟ ਸਾਰਾ ਕੁਛ ਘੈਂਟ ਹੈਗਾ ਵੀ ਯਾਰ ਇਹਨਾਂ ਨੂੰ ਖੁਦ ਆਪਣੀਆਂ ਫਿਲਮਾਂ ਕਰਨੀਆਂ ਚਾਹੀਦੀਆਂ ਨਹੀਂ ਬਹੁਤ ਬਹੁਤ ਵਧੀਆ ਮੂਵੀ ਲੱਗੀ ਬਾਈ ਐਕਸ਼ਨ ਮੂਵੀ ਬਾਈ ਦੀ ਸੋ ਮੈਨੂੰ ਲੱਗਦਾ ਵੀ ਅੱਜ ਤੱਕ ਜਿੰਨੀਆਂ ਵੀ ਐਕਸ਼ਨ ਮੂਵੀ ਆਈਆਂ ਨੇ ਸੋ ਜਿਹੜੇ ਹਿਸਾਬ ਨਾਲ ਬਾਈ ਨੇ ਕੀਤੀ ਐਕਟ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿਸੇ ਨੇ ਹਲਟਾ ਕਰੀ ਹੋਣੀ ਬਿਲਕੁਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਫਿਲਮ ਪਹਿਲਾਂ ਇਹ ਦੱਸਿਓ ਬਹੁਤ ਅੱਛੀ ਲੱਗੀ ਹੈ ਉਹਦਾ ਹੀਰੋ ਦਾ ਰੋਲ ਤਾਂ ਬਹੁਤ ਹੀ ਅੱਛਾ ਸੀਗਾ ਅਨਸੈਕਸ਼ਨ ਮੂਵੀ ਬਹੁਤ ਅੱਛੀ ਸੀ ਤੇ ਜਿਵੇਂ ਇੱਕ ਫਾਦਰ ਤੇ ਡਾਟਰ ਦਾ ਰਿਲੇਸ਼ਨ ਦਿਖਾਇਆ ਗਿਆ ਇਹਦੇ ਵਿੱਚ ਵੀ ਇਦਾਂ ਕਿੱਦਾਂ ਕਨੈਕਟ ਕਰਦੇ ਆ ਆਪਣੇ ਨਾਲ ਨਹੀਂ ਬਹੁਤ ਅੱਛਾ ਮਤਲਬ ਉਹਨੇ ਆਪਣੀ ਬੇਟੀ ਦੇ ਪਿੱਛੇ ਸਾਰਾ ਕੁਝ ਲੜਾਈ ਕੀਤੀ ਜੋ ਵੀ ਸੀਗਾ ਜੀ ਆਈ ਲਾਈਕ ਥਿਸ ਵੈਰੀ ਮੱਚ ਜੀ ਨਾਓ ਯੂ ਕੈਨ ਸੀ ਥਿਸ ਮੂਵੀ ਵਿਦ ਦਾ ਫੈਮਿਲੀ ਜੀ ਆਫਟਰ ਅ ਲੌਂਗ ਟਾਈਮ ਮੈਂ ਤਾਂ ਨਹੀਂ ਪਿਕਚਰ ਦੇਖੀ ਥੈਂਕ ਯੂ ਸੋ ਮੱਚ ਫਾਰ ਯੋਰ ਵਰਕ ਥੈਂਕ ਯੂ ਥੈਂਕ ਯੂ ਮੈਂ ਤੁਸੀਂ ਕੀ ਕਹਿਣਾ ਚਾਹੁੰਗੇ ਜਾਂਦੇ ਜਾਂਦੇ 2 ਵਰਸ ਤੋਂ ਤੁਹਾਡੇ ਕੋਲ ਜੀ ਮਤਲਬ ਇੱਕ ਫਾਦਰ ਤਾਂ ਆਪਣੀ ਬੇਟੀ ਲਈ ਪਿਆਰ ਉਹਦੇ ਲਈ ਸਾਰੀ ਉਹਨਾਂ ਦੁਨੀਆ ਹੀ ਖਤਮ ਕਰਤੀ ਹਾਂ ਬਿਲਕੁਲ ਮੈਂ ਕਹਿੰਦਾ ਰੀਅਲ ਲਾਈਫ 'ਚ ਵੀ ਜੇ ਤਾਂ ਕਿਸੇ ਨਾ ਵੈਸੇ ਕਰੇ ਨਾ ਪਰਮਾਤਮਾ ਬਟ ਜੇ ਹੋਵੇ ਤਾਂ ਹਰ ਫਾਦਰ ਇਹੀ ਸਟੈਪ ਚੱਕੂ ਬਹੁਤ ਅੱਛਾ ਬਹੁਤ ਐਕਸ਼ਨ ਪੈਕ ਮਤਲਬ ਕਿ ਉਹ ਬੱਚੇ ਦੀ ਫੀਲਿੰਗ ਬਹੁਤ ਹੈ ਜੀ ਕਿ ਉਹਨੇ ਬਹੁਤ ਅੱਛਾ ਰੋਲ ਪਲੇ ਕੀਤਾ ਹੈ ਜੀ ਤੇ ਬਹੁਤ ਵਧੀਆ ਤਰ੍ਹਾਂ ਆਪਣੇ ਰੋਲ ਨੂੰ ਨਿਭਾਇਆ ਉਹਦੇ ਵਿੱਚ ਜੀ ਤੇ ਬਹੁਤ ਅੱਛਾ ਮੈਸੇਜ ਹੈ ਵੀ ਹੈ ਕਿ ਕਾਨੂੰਨ ਨਹੀਂ ਕਰ ਸਕਦਾ ਤੇ ਬੰਦਾ ਉਹ ਆਪਣੇ ਤੁਰ ਕੇ ਆਪ ਅੱਗੇ ਥੈਂਕ ਯੂ ਫਾਰ ਯੋਰ ਵਰਡਸ ਥੈਂਕ ਯੂ ਤੁਸੀਂ ਕੀ ਕਹਿਣਾ ਚਾਹੁੰਦੇ ਪੰਜਾਬੀ ਸਟੈਂਥ ਜਿਹੜੀ ਹੈ ਨਾ ਜੀ ਸਿੰਘ ਇਜ਼ ਅ ਕਿੰਗ ਕਿ ਜਿੰਨੇ ਨਾਲ ਮਰਜ਼ੀ ਮੁਕਾਬਲਾ ਹੋ ਜਾਏ ਜਦੋਂ ਤੱਕ ਸਾਹ ਹੈ ਉਦੋਂ ਤੱਕ ਲੜੀ ਜਾਣੀ ਹੈ ਲੜੀ ਜਾਣੀ ਹੈ ਥੈਂਕ ਯੂ ਸੋ ਮਚ ਵੈਲਕਮ ਸਰ ਰਿਕਾਰਡ ਤੋੜਦੇ ਜੀ ਬਾਕਸ ਆਫਿਸ ਦਾ ਕਮਾਲ ਕਰਤੀ ਮੁੰਡਾ ਬਹੁਤ ਥੈਂਕ ਯੂ